ਤੁਰ ਗਏ ਯਾਰ ਮੁਹੱਬਤਾਂ ਵਾਲੇ ਅਤੇ ਨਾਲ ਹੀ ਲੈ ਗਏ ਹਾਸੇ ਸੁੰਨੀ ਯਤੀਮ ਹੋ ਗਏ। ਦੋਸਤੋ ਲਈਏ ਕਾ ਮਸ਼ਹੂਰ ਕਾਰੀ ਕਾਰੀ ਕਫੈਤੁੱਲਾ ਸਾਹਿਬ ਇਸ ਦੁਨੀਆ ਫਾਨੀ ਸੇ ਚੱਲ ਬਸਾਏ। ਜੀ ਦੋਸਤੋ ਬਿਲਕੁਲ ਆਪ ਸਹੀ ਸੁਣ ਰਹੇ ਥੇ, ਬਿਲਕੁਲ ਹੀ ਠੀਕ ਠਾਕ ਥੇ, ਸਲਾਮਤ ਥੇ। ਔਰ ਅਚਾਨਕ ਇਸਕੀ ਤਬੀਅਤ ਖਰਾਬ ਹੋਤੀ ਹੈ, ਜਿਸ ਕੀ ਵਜ੍ਹਾ ਸੇ ਕਾਰੀ ਕਫੈਤੁੱਲਾ ਇਸ ਦੁਨੀਆ ਫਾਨੀ ਸੇ ਚੱਲ ਬਸਤੇ ਹੈ। ਜੋ ਜਿਸ ਕਾ ਤਾਲੁਕ ਲਈਏ ਸੇ ਥਾ, ਔਰ ਯੇ ਇੱਕ ਮਸ਼ਹੂਰ ਹਸਤੀ ਥੀ, ਬੜੀ ਦੂਰ ਦਰਾਜ਼ ਇਸਨੇ ਖਿਤਾਬ ਵੀ ਕੀਏ ਔਰ ਨਹਾਤੇ ਵੀ ਪੜ੍ਹੇ, ਆਖਿਰਕਾਰ ਯੇ ਇਸ ਦੁਨੀਆ ਸੇ ਚੱਲ ਬਸੇ ਹੈ। ਬਾਕੀ ਜੋ ਇਸਕਾ ਜਨਾਜ਼ਾ ਹੈ ਵੋ ਠੀਕ 2:30 ਵਜੇ ਲਈਆ ਮੇ ਅਦਾ ਕੀਆ ਜਾਏਗਾ 28 ਤਾਰੀਖ ਕੋ। ਜੀ ਦੋਸਤੋ ਅਗਰ ਕਿਸੇ ਨੇ ਸ਼ਿਰਕਤ ਕਰਨੀ ਹੈ ਤੋ ਲਾਜ਼ਮੀ ਕਰ ਸਕਤੇ ਹੈ। ਬਾਕੀ ਅੱਲਾਹ ਪਾਕ ਇਸਕੋ ਜੰਨਤ ਮੇ ਆਲਾ ਮਕਾਮ ਦੇ। ਕਮੈਂਟ ਮੇ ਐਵੇਂ ਲਿਖੇ, ਬਾਕੀ ਕਾਰੀ ਕਫੈਤੁੱਲਾ ਕੇ ਬਾਰੇ ਮੇ ਆਪ ਲੋਕ ਆਪਣੀ ਰਾਏ ਦੇਣਾ ਚਾਹਤੇ ਹੋ ਤੋ ਆਪ ਲੋਕੋ ਨੇ ਵੀ ਆਪਣੀ ਰਾਏ ਜ਼ਰੂਰ ਦੇਣੀ ਹੈ। ਤੋ ਯੇ ਅਗਲਾ ਟੈਸਟ ਆਪ ਰਹੀ ਤੋ ਮੈਨੇ ਕਾ ਆਪ ਲੋਕੋ ਕੇ ਸਾਥ ਸ਼ੇਅਰ ਕਰੂੰ ਕਾਰੀ ਕਫੈਤੁੱਲਾ।